ਆਧਾਰ ਕਾਰਡ ਦਾ ਨਜਾਇਜ਼ ਫਾਇਦਾ ਚੁੱਕਦੇ ਨੇ ਜਾਂ ਜ਼ਹਿਰ ਫਾਇਦਾ ਚੁੱਕਦੇ ਨੇ? ਉਹ ਜ਼ਿਆਦਾ ਨਜਾਇਜ਼ ਫਾਇਦਾ ਚੁੱਕਣ ਡੇ ਆ। ਪੱਟੀ ਡੀਪੂ ਦੀ ਗੱਡੀ ਸਾਡੀ ਚੰਡੀਗੜ੍ਹ ਗਈ, ਉਹਦੇ ਵਿੱਚ ਬੀਬੀਆਂ ਬਹਿ ਕੇ ਗਈਆਂ 6 ਬੀਬੀਆਂ, ਅਤੇ ਚੰਡੀਗੜ੍ਹੋਂ ਮੁੜ ਕੇ ਆਉਂਦੀਆਂ ਵੀ ਭਾਅ ਜੀ ਕਿੰਨੇ ਵਜੇ ਵਾਪਸ ਜਾਣੀ ਆ? ਉਹ ਆਉਂਦੇ ਇਹ ਇੰਨੇ ਘੰਟੇ ਨੂੰ ਵਾਪਸ ਜਾਣੀ, ਡੇਢ ਘੰਟੇ ਨੂੰ। ਉਹ ਡੇਢ ਘੰਟੇ ਬਾਅਦ ਸਾਰੀਆਂ ਸਵਾਰੀਆਂ ਉਹ ਆ ਗਈਆਂ। ਉਹਨਾਂ ਪੁੱਛਿਆ ਵੀ ਬੀਬੀ ਉਹ ਆ ਗਈਆਂ ਤੁਸੀਂ ਐਡੀ ਸਤੀ? ਆਉਂਦੀਆਂ ਸੀ ਤਾਂ ਅਸੀਂ ਅੰਬ ਲੈਣ ਆਈਆਂ ਸੀ, ਅੰਬ ਲੈ ਕੇ ਚੱਲੀਆਂ ਇੱਥੋਂ। ਇੱਥੋਂ ਤੱਕ ਨਜਾਇਜ਼ ਸਫ਼ਰ ਜਿਹੜਾ ਹੋਣ ਡਿਆ ਵਾ, ਇੱਥੋਂ ਤੱਕ ਲੁਧਿਆਣੇ ਉਹ ਬੀਬੀ ਚੰਡੀਗੜ੍ਹ ਜਾਂਦੀ ਆ ਆਪਣੇ ਨੌ ਪੁੱਤ ਵਾਸਤੇ ਲੱਸੀ ਲੈ ਕੇ, ਉੱਥੋਂ ਫਿਰ ਵਾਪਸ ਆਉਂਦੀ ਆ। ਭਿੱਖੀ ਵੰਡੋਂ ਬੀਬੀ ਆਉਂਦੀ ਅੰਮ੍ਰਿਤਸਰ, ਮੈਂ ਸਬਜ਼ੀ ਲੈ ਕੇ ਆਉਂਦੀ ਅੰਮ੍ਰਿਤਸਰੋਂ। ਇਸ ਹਿਸਾਬ ਨਾਲ ਨਜਾਇਜ਼ ਸਫ਼ਰ ਜਿਹੜਾ ਹੋ ਰਿਹਾ ਨਾ, ਜੇ ਆ ਫਾਲਤੂ ਤੁਰੇ ਫਿਰਨਾ ਉਹ ਨਹੀਂ ਚਾਹੀਦਾ ਇਸ ਨਾਲ, ਕਿਉਂਕਿ ਜਿੱਥੇ ਜਾਣਾ ਆਪਾਂ ਨੂੰ ਜ਼ਰੂਰੀ ਕੰਮ ਆ, ਆਪਾਂ ਜ਼ਰੂਰੀ ਕੰਮ ਵਾਸਤੇ ਜਾਈਏ, ਹਾਲ ਵਿੱਚ ਜਾਵੇ ਕੋਈ ਗੱਲ ਨਹੀਂ ਗੀ। ਹੁਣ ਕਈ ਉੱਧਰਾਂ ਹੀ ਤੁਰੇ ਫਿਰਦੀਆਂ, ਐਂ ਨੂੰ ਚੱਲ ਗਏ ਅਤੇ ਐਂ ਨੂੰ ਚੱਲ ਗਏ, ਉਹਦਾ ਕੀ ਫਾਇਦਾ ਵਾ? ਸਰਾ ਜਨਾਨੀ ਨੂੰ ਨਜਾਇਜ਼ ਇਹਦਾ ਕੰਮ ਨਹੀਂ ਕਰਨਾ ਚਾਹੀਦਾ, ਪਰ ਸਰਕਾਰ ਨੇ ਸਾਨੂੰ ਕੁਛ ਨਹੀਂ ਕੀਤਾ। ਸਰਕਾਰ ਨੇ ਕੱਚੇ ਦੇ ਕੱਚੇ ਹੀ ਅਜੇ ਤੱਕ, ਅਜੇ ਤੱਕ ਧੱਕੇ ਹੀ ਖਾਣ ਰਹੇ ਹਾਂ, ਸਰਕਾਰ ਦੇ ਲਾਰੇ ਹੀ ਰਹੇ। ਚੰਨੀ ਕਹਿੰਦਾ ਸੀ ਮੈਂ ਕਰ ਦੂੰ ਪੱਕੇ, ਚੰਨੀ ਤੋਂ ਬਾਅਦ ਇਹ ਸਰਕਾਰ ਆਈ ਹੈ ਮੈਂ ਪੱਕੇ ਕਰ ਦੂੰਗਾ, ਇਹਨੇ ਵਜੇ ਸਾਨੂੰ ਉੱਥੇ ਹੀ ਰੱਖਿਆ ਵਾ। ਇਹ ਸੀ ਗੱਲਬਾਤ ਕੀ ਸਵਾਰੀਆਂ ਦੇ ਨਾਲ, ਜਿਹੜਾ ਕਿ ਆਪਣੀ ਮੁਸ਼ਕਿਲ ਦੱਸੀ ਹੈ, ਅਤੇ ਹੁਣ ਗੱਲਬਾਤ ਕਰਾਂਗੇ ਡਰਾਈਵਰਾਂ ਦੇ ਨਾਲ, ਜਿਹੜਾ ਕਿ ਖਾਸ ਕਰ ਜਿਹੜੇ ਸਵਾਰੀਆਂ ਦੇ ਜਾਨ ਦੇ ਰਾਖੇ ਹੁੰਦੇ ਨੇ ਹਮੇਸ਼ਾ, ਜਿਹੜੀ ਕਿ ਹੱਥ ਡਰਾਈਵਰ ਦੇ ਹੱਥ ਸਹੀ ਸਵਾਰੀਆਂ ਦੀ ਜਾਨ ਹੁੰਦੀ ਹੈ। ਡਰਾਈਵਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ 52 ਸੀਟਾਂ ਦਾ ਜਿਹੜਾ ਕਿ ਇਹ ਸਰਕਾਰ ਨੇ ਐਲਾਨ ਕਰ ਦਿੱਤਾ ਵਾ, ਤੁਹਾਨੂੰ ਵਾਸਤੇ ਕਿੰਨੇ ਕੁ ਲਾਹੇਵੰਦ ਆ, ਕਿੰਨਾ ਕੁ ਫਾਇਦਾ ਹੋਣਾ? ਸਰ ਲਾਹੇਵੰਦ ਤਾਂ ਚਲੋ ਇਹ ਆ ਵੀ ਕੋਈ ਵੀ ਸਵਾਰੀ ਲਮਕਦੀ ਬਾਰੀ ਨਾ ਉਹ ਡੇਗ ਪੈਂਦੀ, ਉਹ ਡਰਾਈਵਰ ਦੇ ਭਾਅ ਦਾ ਪੰਗਾ, ਕੋਈ ਗੱਲਬਾਤ ਮੁੜ ਕੇ ਡਰਾਈਵਰ 'ਤੇ ਸਾਰੀ ਆ ਜਾਂਦੀ, ਕਰੈਕਟਰ 'ਤੇ ਆ ਜਾਂਦੀ ਆ। ਸਾਡੇ 2 ਕਰੈਕਟਰ ਡੇਗ ਕੇ ਮਰ ਗਏ ਬਾਰੀ 'ਚੋਂ, 2 ਕਰੈਕਟਰ ਸਾਡੇ ਡੇਗ ਕੇ ਮਰ ਗਏ ਵਿਚਾਰੇ ਬਾਰੀ 'ਚੋਂ, ਇਸੇ ਕੰਮ 'ਚ ਜਨਾਨੀਆਂ ਵਿੱਚ ਜਦੋਂ ਫਸ ਜਾਂਦੀਆਂ ਕਰੈਕਟਰ ਕਿਤਨਾ ਚੜ੍ਹੇ ਵਿਚਾਰਾ। ਜਿਹੜਾ ਸਵਾਰੀਆਂ ਚੜ੍ਹ ਰਹੀਆਂ ਨੇ ਕਹਿੰਦੇ ਖੱਜਲ ਖੁਆਰੀ ਬੜੀ ਪਰੇਸ਼ਾਨੀ ਆ ਰਹੀ ਹੈ ਚੀਜ਼ ਨੂੰ ਲੈ ਕੇ, ਇਹਦਾ ਹੱਲ ਕੀ ਹੋਊਗਾ ਚੀਜ਼? ਹੱਲ ਵਿੱਚ ਤਾਂ ਸਰਕਾਰ ਬੱਸਾਂ ਹੋਰ ਪਾ ਸਕਦੀ ਆ, ਉਹਦੇ ਵਿੱਚ ਹੱਲ ਬੱਸਾਂ ਵੱਧ ਚੱਲਣ ਅਤੇ ਆਪੇ ਸਭ ਕੁਝ ਸਹੀ ਹੋ ਜਾਵੇ, ਇਹਦੇ ਵਿੱਚ ਇਹ ਵਾ। ਹੁਣ ਅਸੀਂ ਜਿੰਨੀਆਂ ਕੁ ਹੋ ਸਕਦੀਆਂ ਵੱਧ ਤੋਂ ਵੱਧ ਅਸੀਂ ਭਾਉਂਦੇ ਹਾਂ। ਤੁਸੀਂ ਰੋਜ਼ ਸਫ਼ਰ ਕਰਦੇ ਹੋ, ਰੋਜ਼ ਡੇਲੀ ਚੰਡੀਗੜ੍ਹ ਤੋਂ ਲੈ ਕੇ ਜਾਂਦੇ ਹੋ ਸਵਾਰੀਆਂ, ਮੈਨੂੰ ਦੱਸੋ ਵੀ ਜਿਹੜੇ ਸਵਾਰੀਆਂ ਗੱਲ ਹੁੰਦੇ ਨੇ, ਕਈ ਜਿਹੜੇ ਲੋਕ ਨੇ ਇਹਦਾ ਆਧਾਰ ਕਾਰਡ ਦਾ ਨਜਾਇਜ਼ ਫਾਇਦਾ ਚੁੱਕਦੇ ਨੇ ਜਾਂ ਜ਼ਹਿਰ ਫਾਇਦਾ ਚੁੱਕਦੇ ਨੇ? ਬਹੁਤ ਜ਼ਿਆਦਾ ਨਜਾਇਜ਼ ਫਾਇਦਾ ਚੁੱਕਣ ਡੇ ਆ। ਇੱਥੋਂ ਤੱਕ ਪੱਟੀ ਡੀਪੂ ਦੀ ਗੱਡੀ ਸਾਡੀ ਚੰਡੀਗੜ੍ਹ ਗਈ, ਉਹਦੇ ਵਿੱਚ ਬੀਬੀਆਂ ਬਹਿ ਕੇ ਗਈਆਂ 6 ਬੀਬੀਆਂ, ਅਤੇ ਚੰਡੀਗੜ੍ਹੋਂ ਮੁੜ ਕੇ ਆਉਂਦੀਆਂ ਵੀ ਭਾਅ ਜੀ ਕਿੰਨੇ ਵਜੇ ਵਾਪਸ ਜਾਣੀ ਆ? ਉਹ ਆਉਂਦੇ ਇਹ ਇੰਨੇ ਘੰਟੇ ਨੂੰ ਵਾਪਸ ਜਾਣੀ, ਡੇਢ ਘੰਟੇ ਨੂੰ। ਉਹ ਡੇਢ ਘੰਟੇ ਬਾਅਦ ਸਾਰੀਆਂ ਸਵਾਰੀਆਂ ਉਹ ਆ ਗਈਆਂ। ਉਹਨਾਂ ਪੁੱਛਿਆ ਵੀ ਬੀਬੀ ਉਹ ਆ ਗਈਆਂ ਤੁਸੀਂ ਐਡੀ ਸਤੀ? ਆਉਂਦੀਆਂ ਸੀ ਤਾਂ ਅਸੀਂ ਅੰਬ ਲੈਣ ਆਈਆਂ ਸੀ, ਅੰਬ ਲੈ ਕੇ ਚੱਲੀਆਂ ਇੱਥੋਂ। ਇੱਥੋਂ ਤੱਕ ਨਜਾਇਜ਼ ਸਫ਼ਰ ਜਿਹੜਾ ਹੋਣ ਡਿਆ ਵਾ, ਕਿਉਂਕਿ ਉਹ ਸਵਾਰੀਆਂ ਚੰਡੀਗੜ੍ਹ ਅੰਬ ਲੈਣ ਗਈਆਂ ਫ੍ਰੀ ਸਫ਼ਰ ਕਰਕੇ। ਜੇ ਤੁਸੀਂ ਇੱਕ ਤੁਸੀਂ ਡਰਾਈਵਰ ਸਾਹਿਬ ਜ਼ਿਕਰ ਕਰ ਰਹੇ ਸੀ ਲੱਸੀ ਦਾ, ਇੱਕ ਜ਼ਿਕਰ ਕਰ ਰਹੇ ਸੀ, ਉਹ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਵੀ ਫ੍ਰੀ ਦੀ ਲੱਸੀ ਅਤੇ ਫ੍ਰੀ ਦਾ ਸਫ਼ਰ ਕਿਸ ਤਰ੍ਹਾਂ ਅਦਾ ਕਰਦੇ ਨੇ? ਇਸ ਉਹ ਤਾਂ ਬੀਬੀਆਂ, ਹੁਣ ਬੀਬੀਆਂ ਘਰੋਂ ਆਖਦੇ ਆ ਤੂੰ ਰਹਿ ਘਰੇ ਹੀ, ਬੀਬੀਆਂ ਨੇ ਮੇਰਾ ਕਿਹੜਾ ਕਿਰਾਇਆ ਲੱਗਣਾ, ਮੈਂ ਚੱਲ ਜਾਂਦੀ ਹਾਂ। ਇੱਥੋਂ ਤੱਕ ਲੁਧਿਆਣੇ ਉਹ ਬੀਬੀ ਚੰਡੀਗੜ੍ਹ ਜਾਂਦੀ ਆ ਆਪਣੇ ਨੌ ਪੁੱਤ ਵਾਸਤੇ ਲੱਸੀ ਲੈ ਕੇ, ਉੱਥੋਂ ਫਿਰ ਵਾਪਸ ਆਉਂਦੀ ਆ, ਉਹ ਫ੍ਰੀ ਸਫ਼ਰ ਕਰਨ ਦਾ ਕਰਕੇ ਆਉਂਦੀ। ਜੇ ਉਹ ਕਿਰਾਇਆ ਲੱਗਦਾ ਹੋਵੇ ਤਾਂ ਉਹ ਜਨਾਨੀ ਜਾਊਗੀ ਉੱਥੇ? ਕਦੀ ਵੀ ਨਹੀਂ ਜਾਊਗੀ। ਇਸ ਤਰ੍ਹਾਂ ਹੀ ਭਿੱਖੀ ਵੰਡੋਂ ਬੀਬੀ ਆਉਂਦੀ ਅੰਮ੍ਰਿਤਸਰ, ਮੈਂ ਸਬਜ਼ੀ ਲੈ ਕੇ ਆਉਂਦੀ ਅੰਮ੍ਰਿਤਸਰੋਂ। ਇਸ ਹਿਸਾਬ ਨਾਲ ਨਜਾਇਜ਼ ਸਫ਼ਰ ਜਿਹੜਾ ਹੋ ਰਿਹਾ ਨਾ ਉਹਦਾ ਕਰਕੇ ਇਹ ਧੱਕਾ ਮੁੱਕੀ ਹੋ ਰਿਹਾ ਕੰਮ, ਉਸ ਤਰ੍ਹਾਂ ਕੋਈ ਨਹੀਂ ਹੋ ਰਿਹਾ, ਇਹੋ ਜਿਹੇ ਕੰਮ ਹੋਣ ਡਿਆ। ਫ੍ਰੀ ਸਫ਼ਰ ਕਰਦੇ ਜਿਹੜਾ ਨਜਾਇਜ਼ ਫਾਇਦਾ ਚੁੱਕਦੇ ਨੇ ਸਵਾਰ, ਉਹ ਜਿਹੜੇ ਦੂਜੇ ਜਿਹੜੇ ਸਫ਼ਰ ਕਰਨ ਵਾਲੇ ਉਹਨਾਂ ਨੂੰ ਕਿਤੇ ਕਹਿੰਦੇ ਸਫ਼ਰ ਖਰਾਬ ਕਰ ਰਹੇ ਨੇ? ਇਹਨਾਂ ਨੂੰ ਸਰਕਾਰ ਨੂੰ ਚਾਹੀਦੇ ਕਾਰਡ ਬਣਾਉਣੇ, ਸਰਕਾਰ ਕਾਰਡ ਬਣਾਵੇ ਉਹਦੇ ਵਿੱਚ ਵੀ ਇੱਕ ਦਿਨ ਫ੍ਰੀ ਸਫ਼ਰ ਕਰ ਸਕੇ, ਉਹਦੇ ਵਿੱਚ ਵੱਧ ਸਫ਼ਰ ਨਾ ਕਰ ਸਕੇ, ਕਿਉਂਕਿ ਹੁਣ ਬੀਬੀਆਂ ਇੱਥੋਂ ਕਿਸੇ ਵੇਲੇ ਪਠਾਨਕੋਟ ਜਾਣਾ ਹੁੰਦਾ ਅਤੇ ਇੱਥੋਂ ਜਲੰਧਰ ਬਹਿ ਜਾਂਦੇ, ਜਲੰਧਰੋਂ ਪਠਾਨਕੋਟ ਚੱਲ ਜਾਂਦੀਆਂ ਮੁੜ ਕੇ। ਹੁਣ ਸਿੱਧਾ ਵੀ ਸਫ਼ਰ ਹੈਗਾ ਇੱਥੋਂ ਜਲੰਧਰ ਦਾ, ਪਠਾਨਕੋਟ ਦਾ, ਪਠਾਨਕੋਟ 100 ਕਿਲੋਮੀਟਰ ਇੱਥੋਂ। ਅਸੀਂ ਕਹਿੰਦੇ ਸੀ ਕਿਰਾਇਆ ਹੈ ਨਹੀਂ ਹੈ, ਕਿਸੇ ਧੀ ਪੁੱਤ ਕੋਲ ਜਾਣਾ ਵਾ, ਕਿਸੇ ਭੈਣ ਕੋਲ ਜਾਣਾ, ਕਿਸੇ ਮਾਤਾ ਨੇ, ਜਾਂ ਕਿ ਪੈਸੇ ਕੋਲ ਰਹਿ ਜਾਂਦੀਆਂ ਸੀ, ਹੁਣ ਲੱਗਦਾ ਨਹੀਂ ਫ੍ਰੀ ਸਫ਼ਰ ਜਿਹੜਾ ਜ਼ਿਆਦਾ ਕਰਦੀਆਂ ਨੇ? ਫ੍ਰੀ ਸਫ਼ਰ ਦਾ ਫਾਇਦਾ ਚਲੋ ਹੈਗਾ ਵਾ, ਪਰ ਨਜਾਇਜ਼ ਫਾਇਦਾ ਨਾ ਲੈਣ, ਇਹ ਵਾ। ਜੇ ਆ ਫਾਲਤੂ ਤੁਰੇ ਫਿਰਨਾ ਉਹ ਨਹੀਂ ਚਾਹੀਦਾ ਇਸ ਨਾਲ।
ਕਿਉਂਕਿ ਜੇ ਤਾਂ ਜਾਣਾ ਆਪਾਂ ਨੂੰ ਜ਼ਰੂਰੀ ਕੰਮ ਆ, ਆਪਾਂ ਜ਼ਰੂਰੀ ਕੰਮ ਵਾਸਤੇ ਜਾਈਏ, ਆਲਵੇ ਜਾਵੇ ਕੋਈ ਗੱਲ ਨਹੀਂ ਗੀ। ਹੁਣ ਕਈ ਉਸ ਤਰ੍ਹਾਂ ਹੀ ਤੁਰੇ ਫਿਰਦੇ, ਐਂ ਨੂੰ ਚੱਲ ਗਏ ਅਤੇ ਐਂ ਨੂੰ ਚੱਲ ਗਏ, ਉਹਦਾ ਕੀ ਫਾਇਦਾ ਵਾ? ਜਨਾਨੀ ਨੂੰ ਨਜਾਇਜ਼ ਇਹੜਾ ਕੰਮ ਨਹੀਂ ਕਰਨਾ ਚਾਹੀਦਾ ਵੀ ਮੈਂ ਇੱਧਰੋਂ ਚੱਲ ਗਈ ਇੱਧਰ ਆ ਗਈ, ਉਹ ਨਹੀਂ ਫਿਰਨਾ ਚਾਹੀਦਾ। ਇਸ ਕਰਕੇ ਸਫ਼ਰ ਕਰਨਾ ਵਾ, ਸਫ਼ਰ ਲੋੜ ਮੁਤਾਬਕ ਕਰੋ, ਆਪਣਾ ਜੇ ਕੰਮ ਜਾਣਾ ਤਾਂ ਜਾਓ, ਕਰੋ ਕੰਮ। ਤੁਹਾਨੂੰ ਕਿੰਨਾ ਚਲੋਗੇ ਡਰਾਈਵਰੀ ਕਰਦਿਆਂ? ਮੈਨੂੰ ਤਾਂ ਬਾਈ 2007 ਦਾ ਮੈਂ ਭਰਤੀ ਹੋਇਆ ਇੱਥੇ, ਪਰ ਸਰਕਾਰ ਨੇ ਸਾਨੂੰ ਕੁਛ ਨਹੀਂ ਕੀਤਾ, ਸਰਕਾਰ ਨੇ ਕੱਚੇ ਦੇ ਕੱਚੇ ਹੀ ਅਜੇ ਤੱਕ, ਅਜੇ ਤੱਕ ਧੱਕੇ ਹੀ ਖਾਣ ਰਹੇ ਹਾਂ, ਸਰਕਾਰ ਦੇ ਲਾਰੇ ਹੀ ਰਹੇ। ਚੰਨੀ ਕਹਿੰਦਾ ਸੀ ਮੈਂ ਕਰ ਦੂੰ ਪੱਕੇ, ਚੰਨੀ ਤੋਂ ਬਾਅਦ ਇਹ ਸਰਕਾਰ ਆਈ ਹੈ, ਮੈਂ ਪੱਕੇ ਕਰ ਦੂੰਗਾ, ਇਹਨੇ ਵਿੱਚ ਸਾਨੂੰ ਉੱਥੇ ਹੀ ਰੱਖਿਆ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇ ਸਰਕਾਰ ਲੋਕਾਂ ਵਾਸਤੇ ਫ੍ਰੀ ਸਫ਼ਰ ਕਰ ਰਹੀ ਹੈ, ਕੁਛ ਕਰ ਰਹੀ ਹੈ, ਫਿਰ ਤੁਹਾਡੇ ਤੁਸੀਂ ਡਰਾਈਵਰ ਜੇ ਇੰਨੀ ਸਵਾਰੀਆਂ ਜਾਣ ਦੇ ਰੱਖੇ ਜੇ ਸਾਈ ਦੇ ਠੰਡ 'ਚ ਚਲਾਉਂਦੇ ਜੇ ਬੱਸ ਸਵੇਰ ਤੋਂ ਲੈ ਸ਼ਾਮ ਤੱਕ, ਫਿਰ ਤੁਹਾਡੇ ਬਾਰੇ ਕਿਉਂ ਨਹੀਂ ਸੋਚਦੀ ਸਰਕਾਰ? ਸਾਡੇ ਬਾਰੇ ਸਰਕਾਰ ਕਦੀ ਮੁਲਾਜ਼ਮਾਂ ਬਾਰੇ ਨਹੀਂ ਸੋਚਿਆ ਸਰਕਾਰ ਨੇ, ਅਸੀਂ ਇਹ ਜਿਹੜੀ ਸਰਕਾਰ ਨਾ, ਅਸੀਂ ਫੋਲੇ ਦਾ ਪ੍ਰਚਾਰ ਕਰਕੇ ਇਹ ਸਰਕਾਰ ਲਿਆਂਦੀ ਕਿ ਸਾਡਾ ਕੁਛ ਕਰ ਦੇਣਗੇ, ਪਰ ਇਹ ਇੱਕੋ ਹੀ ਓਮਾ ਦੇਵੀ ਦਾ ਫੈਸਲਾ ਮਨਜ਼ੂਰ ਕਰੀ ਜਾਂਦਾ, ਓਮਾ ਦੇਵੀ ਜਿਹੜੀ ਆ ਉਹਦੀ ਜੱਜਮੈਂਟ ਆ ਵੀ 10 ਸਾਲ ਬਾਅਦ ਪੱਕੇ ਕਰਾਂਗੇ। ਚਲੋ ਅਸੀਂ ਮੰਨਦੇ 10 ਸਾਲ ਬਾਅਦ ਪੱਕੇ ਕਰਨ, ਪਰ ਬਰਾਬਰ ਕੰਮ ਬਰਾਬਰ ਤਨਖਾਹ ਤਾਂ ਓਮਾ ਦੇਵੀ ਦਾ ਫੈਸਲਾ ਹੈ ਨਾ, ਉਹ ਤਾਂ ਸਾਨੂੰ ਦੇਣ। ਹੁਣ ਮੁਲਾਜ਼ਮ ਵੋਟ ਵੀ ਜਿਹੜੀ ਆ ਵੱਧ ਵੋਟ ਹੈ, ਮੁਲਾਜ਼ਮਾਂ ਨੇ ਵੀ ਸਰਕਾਰ ਨੂੰ ਜਿਤਾਇਆ ਵੋਟ ਪਾ ਕੇ। ਹਾਂਜੀ ਹਾਂਜੀ, 92 ਸੀਟਾਂ ਸਰਕਾਰ ਮੁਲਾਜ਼ਮਾਂ ਦੇ ਸਿਰ 'ਤੇ ਲੈ ਗਈ ਆ, ਹਰ ਇੱਕ ਮੁਲਾਜ਼ਮ ਨੇ ਇਹਨਾਂ ਦਾ ਵੱਧ ਪ੍ਰਚਾਰ ਕੀਤਾ, ਪਿਆਰ ਕੀ ਆਮ ਆਦਮੀ ਪਾਰਟੀ ਲਿਆਓ, ਪਰ ਆਮ ਆਦਮੀ ਪਾਰਟੀ ਨੇ ਸਾਡੇ ਨਾਲ ਧੱਕਾ ਕੀਤਾ, ਸਾਨੂੰ ਉਹਨਾਂ ਨੇ ਕੁਛ ਨਹੀਂ ਦਿੱਤਾ। ਮੁੱਖ ਮੰਤਰੀ ਨੂੰ ਸਾਡਾ ਇਹੋ ਸੁਨਾਮ ਆ ਵੀ ਰਿਕੁਐਸਟ ਕਰਕੇ ਸਾਡੇ ਬੱਚੇ ਪਾਲਣ ਯੋਗੀ ਤਨਖਾਹ ਸਾਨੂੰ ਦਿੱਤੀ ਜਾਵੇ। ਬੱਚੇ ਪਾਲਣ ਯੋਗੀ ਤਨਖਾਹ 18,000 ਤਨਖਾਹ ਨਾਲ ਗੁਜ਼ਾਰਾ ਨਹੀਂ ਹੁੰਦਾ, ਪਰ ਬੱਚੇ ਪਾਲਣ ਯੋਗੀ ਗਾਂਹ ਬੱਚੇ ਪੜ੍ਹਾਉਣੇ, ਗਾਂਹ ਵਿਹਾਉਣੇ ਆ, ਜਿਹਦੀਆਂ 2-2, 3-3 ਕੁੜੀਆਂ ਉਹਨੇ ਵਿਹਾਉਣੀਆਂ, ਉਹਨੇ ਕਿਤਰਾ ਵਿਹਾਉਣੀਆਂ? ਜੇ ਭਗਵੰਤ ਮਾਨ ਨੂੰ 18,000 'ਚ ਵਿਆਹ ਆਪਣੀ ਗੁੱਡੀ ਕਿਤਰਾ ਵਿਹਾਉਂਦਾ? ਇਸ ਕਰਕੇ ਸਾਨੂੰ ਵੱਧ ਤੋਂ ਵੱਧ ਜਿਹੜਾ ਵਾ, ਹੁਣ ਪੱਕਾ ਬੰਦਾ ਉਹ 80,000 ਲੈਣ ਡਿਆ, ਅਸੀਂ 18,000 ਲੈਣ ਡੇ। ਐਕਸੀਡੈਂਟ ਦੀ ਗੱਲ ਕੀਤੀ ਵੀ ਜੇ ਐਕਸੀਡੈਂਟ ਹੁੰਦਾ ਵਾ ਤਾਂ ਉਸਨੂੰ ਜਿਹੜਾ 7 ਲੱਖ ਜਿਹੜਾ ਕੀ ਪੈਸੇ ਦੇਣਾ ਪਊਗਾ ਅਤੇ ਇੰਨੇ ਸਾਰੀ ਸਜ਼ਾ ਹੋਜੂਗੀ, ਕੀ ਲੱਗਦਾ ਉਹ ਡਰਾਈਵਰ? ਉਹ ਵੀ ਸਰ ਕਾਨੂੰਨ ਬਹੁਤ ਗਲਤ ਆ, ਉਹ ਕਾਨੂੰਨ ਬਹੁਤ ਗਲਤ ਆ। ਹੁਣ 20,000 ਵਾਲਾ ਜਿਹੜਾ ਵਾ ਉਹ 7 ਲੱਖ ਕਿੱਥੋਂ ਦਊਗਾ ਕਿਸੇ ਨੂੰ? ਆਮ ਤੌਰ ਤੁਹਾਨੂੰ ਮੋਟਰਸਾਈਕਲ ਕੋਈ ਭਜਾਉਣਾ, ਹੁਣ ਤਰਨ ਤਾਰਨ ਪੁਲਿਸ ਵਾਲਾ ਤਾਂ ਮੋਟਰਸਾਈਕਲ ਭਜਾਇਆ ਇੱਕ ਨੇ, ਜਦੋਂ ਪੁਲਿਸ ਵਾਲਾ ਆ ਦਿੱਤਾ ਉਹਨੇ ਮੋਟਰਸਾਈਕਲ ਭਜਾਇਆ, ਗਾੜੀ ਟਰੱਕ ਸੀ, ਟਰੱਕ ਨੂੰ ਪਾ ਕਰਦੇ ਗਾੜੀ, ਉਹ ਬੱਸ ਆਉਂਦੇ ਸੀ ਦੀਪ ਬੱਸ ਦੇ ਵਿੱਚ ਵੱਜ ਕੇ ਉਹ ਮਰ ਗਿਆ, ਅਤੇ ਕਸੂਰ ਡਰਾਈਵਰ ਦਾ ਥੋੜ੍ਹਾ ਸੀ, ਕਸੂਰ ਤੋਂ ਉਹਦਾ ਮੋਟਰਸਾਈਕਲ ਦਾ, ਪਰ ਵਿਚਾਰੇ ਡਰਾਈਵਰ 'ਤੇ ਪੈ ਗਈ ਉਹ। ਕੀ ਲੱਗਦਾ ਜਿਹੜਾ 18,000 ਤਨਖਾਹ ਲੈਂਦਾ ਵਾ ਉਹ ਕਿਤੇ 7 ਲੱਖ ਰੁਪਇਆ ਭਰ ਸਕੂਗਾ? ਕਦੇ ਭਰ ਸਕੂਗਾ ਜੀ, ਕਦੇ ਨਹੀਂ ਭਰ ਸਕੂਗਾ। ਉਹ 10 ਸਾਲ ਦੀ ਸਜ਼ਾ ਵੀ ਆ, 10 ਸਾਲ ਉਹਦਾ ਪਰਿਵਾਰ ਮਰ ਗਿਆ, ਮੁੜ ਕੇ ਉਹਦਾ ਪਰਿਵਾਰ ਤਾਂ ਗਿਆ ਜੀ, ਜਿਹੜਾ ਡਰਾਈਵਰ ਹੈ ਨਾ ਉਹਦਾ ਪਰਿਵਾਰ ਤਾਂ ਸਮਝ ਲਓ ਉਦੋਂ ਮਰ ਗਿਆ ਜਦੋਂ ਇਹ ਕੰਮ ਹੁੰਦਾ। ਲਾਗੂ ਰਿਹਾ ਤੇ ਗਾਹ ਕੋਈ ਡਰਾਈਵਰ ਨਹੀਂ, ਡਰਾਈਵਰ ਬਣੂਗਾ ਕੋਈ ਡਰਾਈਵਰ ਨਹੀਂ ਬਣੂਗਾ, ਕੋਈ ਡਰਾਈਵਰੀ ਨਹੀਂ ਇੰਡੀਆ 'ਚ ਕਰੂਗਾ, ਲੋਕ ਅੱਗੇ ਬਾਹਰ ਤੁਰੇ ਜਾਂਦੇ ਆ ਅਤੇ ਗਾਹ ਡਰਾਈਵਰੀ ਕੌਣ ਕਰੂਗਾ ਇੱਥੇ? ਡਰਾਈਵਰੀ ਨਹੀਂ ਕੋਈ ਕਰ ਸਕਦਾ, ਕਿਉਂਕਿ ਜਿਹੜਾ ਨਜਾਇਜ਼ ਕੰਮ ਆ ਨਾ ਇਹ ਸਰਕਾਰਾਂ ਨਜਾਇਜ਼ ਕਰਵਾਉਣ ਡੀਆਂ, ਇਹ ਗਲਤ ਕੰਮ ਆ। ਤੁਸੀਂ ਦੇਖਿਆ ਵੀ ਡਰਾਈਵਰ ਸਾਹਿਬ ਨੇ ਆਪਣਾ ਜਿਹੜਾ ਕਿ ਦੁਖੜਾ ਸੁਣਾਇਆ, ਉਹਨਾਂ ਕਿਹਾ ਵੀ ਜਿਹੜਾ ਸਰਕਾਰ ਵੱਲੋਂ ਜਿਹੜਾ ਕਿ ਸੈਂਟਰ ਸਰਕਾਰ ਵੱਲੋਂ ਜਿਹੜਾ ਕਿ ਇੱਕ ਫਰਮਾਨ ਜਾਰੀ ਕੀਤਾ ਗਿਆ ਸੀ ਜਿਹੜਾ ਕਿ ਜੇਕਰ ਕੋਈ ਡਰਾਈਵਰ ਕੋਈ ਐਕਸੀਡੈਂਟ ਹੁੰਦਾ ਅਤੇ ਉਸਨੂੰ ਜਿਹੜਾ ਕਿ 7 ਲੱਖ ਰੁਪਇਆ ਜੁਰਮਾਨਾ ਅਤੇ 10 ਸਾਲ ਦੀ ਸਜ਼ਾ ਜਿਹੜੀ ਕਿ ਭੁਗਤਣੀ ਪਵੇਗੀ, ਅਤੇ ਉਹਨਾਂ ਦਾ ਕਹਿਣਾ ਵੀ ਜਿਹੜਾ ਡਰਾਈਵਰ 18,000 ਰੁਪਇਆ ਤਨਖਾਹ ਲੈਂਦਾ ਉਹ ਇਹ ਜਿਹੜਾ ਵੱਡੀ ਰਕਮ ਕਿਸ ਤਰ੍ਹਾਂ ਦੇਵੇਗਾ, ਅਤੇ ਕਿਉਂ ਉਹਨਾਂ ਦਾ ਕਹਿਣਾ ਵੀ 18,000 ਰੁਪਏ ਦੇ ਨਾਲ ਸਿਰਫ ਉਹਨਾਂ ਦਾ ਪਰਿਵਾਰ ਹੀ ਮਸਾ ਚੱਲਦਾ, ਉਹ ਕਿਸ ਤਰ੍ਹਾਂ ਜਿਹੜਾ ਇਹ ਪੈਸਿਆਂ ਜਿਹੜੀ ਹੈ ਭੁਗਤਾਨ ਕਰੇਗਾ, ਅਤੇ ਉਹਨਾਂ ਦਾ ਕਹਿਣਾ ਵੀ ਸਰਕਾਰ ਨੂੰ ਇਹ ਚਾਹੀਦਾ ਜਿਹੜਾ ਫੈਸਲਾ ਵਾ ਇਹ ਵਾਪਸ ਲਵੇ, ਹੁਣ ਦੇਖਣਾ ਕਿ ਸਰਕਾਰ ਸੈਂਟਰ ਸਰਕਾਰ ਇਸ ਬਾਰੇ ਕਦ ਤੱਕ ਉਹ ਕਰਦੀ ਆ। ਮੈਨੂੰ ਦਿਓ ਜਾਤ, ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।